मार्फत लिखी है ते बड़ी प्यारी करके माशाल्लाह सुनाओ सानू असी भी वड्डे शहर हैं असी तारफ नहीं कराया तुहानू वाले ओला करके जुवार दे पठियां दा केड़ी मार्फत है मार्फत लिख बैठिया नहीं जुवार दे पठे भी चुकी तू आ गया मार्फत है ओला मार्फत नहीं अदबी अदबी ओला करके जुवार दे पठियां दा खोती यार भी लैन रह गए खोती टन मारन भी आती है उहदे पैर न पेंदे रहे तल्ले खावण दी बड़ा जे लगया उन जुआर दे पठे खटेंदे रह गए जदा मुंह नाल मुंह काले चीड़े लाया उहदा जान छुड़ेंदे रह गए खोती दी झोल सीती वाह वाह रात नूं 12 बजे पै के धुप दे विच लिखिया एडा वड्डा कूड़ मार रहे हैं रात दी धुप कित्थों आउंदी है यार तुहाडियां बाजियां दिन नूं चान चाड़ लैंदियां ने मौसम कार नहीं आउंदा रात नूं धुप नहीं आ सकदी नहीं दी खोती दी झोल सीती काम ही नहीं बनिया इन दिहाड़ी गुल की हां कीकरां दे मोढ निकले कीकरां दे मोढ निकले ਕਿਕਰਾਂ ਦੇ ਮੋਢ ਨਿਕਲੇ ਕਿਕਰਾਂ ਦੇ ਮੋਢ ਨਿਕਲੇ ਜਿਹਦੇ ਨਾਲ ਯਾਰੀ ਅਸੀਂ ਲਾਈ ਉਹ ਭੈਣ ਦੇ ਕੋਠੇ ਤੇ ਫੁੱਲ ਕੋਈ ਨਾ ਕੋਠੇ ਤੇ ਫੁੱਲ ਕੋਈ ਨਾ ਤੂੰ ਕਿਵੇਂ ਜੰਮਿਆ ਹੈ ਤੇਰੇ ਪਿਓ ਦਾ ਤਾਂ ਓਏ ਕੋਠੇ ਤੇ ਹੁੱਕੀ ਪਈਆ ਜਿਹੜੀ ਸ਼ਾਇ ਮੈਂ ਮੰਗਣਾ ਤੇਰੀ ਮਾਂ ਦੀ ਸਲਵਾਰ ਚ ਲੁਕੀ ਅਖਰੋਟ ਦੀ ਖੁੱਤੀ ਕੋਈ ਨਾ ਅਖਰੋਟ ਦੀ ਖੁੱਤੀ ਕੋਈ ਨਾ ਤੂੰ ਕਿਵੇਂ ਜੰਮਿਆ ਹੈ ਤੇਰੀ ਮਾਂ ਦੀ ਤਾਂ ਉਹ ਮਿੱਠਾ ਪਿਵੰਦ ਕੀਤਾ ਓਏ ਸੁਣ ਤੇ ਕਰ ਲੈ ਮਿੱਠਾ ਪਿਵੰਦ ਕੀਤਾ ਉਹ ਭਲਾ ਥੀਵੇ ਤੇਰੀ ਮਾਂ ਦਾ ਜੈ ਮੰਜੀਆਂ ਤੇ ਗੰਦ ਕੀਤਾ ਸਾਈਕਲ ਦੀਆਂ ਟੁੱਕ ਤਾਰਾਂ ਵਾਹ ਸ਼ੁਕਰ ਬੋਲ ਪਾਇਓ ਸਾਈਕਲ ਦੀਆਂ ਟੁੱਕ ਤਾਰਾਂ ਗੰਦਾ ਮਾਇਆ ਸੁਣਾਵਣ ਲਿਆ ਤੇਰੇ ਵੜਕਿਆਂ ਦੀ ਓਏ ਵਿਕਦੀ ਫੁੱਟ ਲਈਏ ਕੱਲ ਮੈਂ ਡਿੱਠੀ ਏ ਤੇਰੀ ਚਿੱਟੀ ਚਿੱਟੀ ਆਰ ਵੀ ਕਹਿਨੀ ਪਾਰ ਵੀ ਕਹਿਨੀ ਆਰ ਵੀ ਕੋਈ ਨਹੀਂ ਪਾਰ ਵੀ ਕੋਈ ਨਹੀਂ ਘਰ ਤੇਰੇ ਦੀ ਦੀਵਾਰ ਵੀ ਕੋਈ ਨਹੀਂ ਘਰ ਤੇਰੇ ਦੀ ਦੀਵਾਰ ਵੀ ਕੋਈ ਨਹੀਂ ਇੱਥੇ ਬੜੀਆਂ ਗੱਲਾਂ ਕਰਨਾ ਹੈ ਇੱਥੇ ਬੜੀਆਂ ਗੱਲਾਂ ਕਰਨਾ ਹੈ ਮਾਂ ਤੇਰੀ ਦੀ ਦੂਜੀ ਸਲਵਾਰ ਪੱਥਰ ਟੰਗੋ ਤੇ ਹੁੱਕ ਲਾਉਣਾ ਪਾਉਂਦਾ ਹੈ ਪੱਥਰ ਟੰਗੋ ਤੇ ਹੁੱਕ ਲਾਉਣਾ ਪਾਉਂਦਾ ਹੈ ਸੜਕ ਬਣਾਓ ਤੇ ਲੋਕ ਲਾਉਣਾ ਪਾਉਂਦਾ ਹੈ ਸੜਕ ਬਣਾਓ ਤੇ ਲੋਕ ਲਾਉਣਾ ਪਾਉਂਦਾ ਹੈ ਤੇਲ ਲਾਵੇ ਮਜਬੂਰੀ ਹੈ ਬੰਦੇ ਨੂੰ ਥੁੱਕ ਸਾਸਾ ਹੈ ਹੈਲੋ ਕਮਾਲ ਕਰਨ ਦੀ ਯਾਰ ਬਦਤਮੀਜ਼ੀ ਯਾਰ ਬਦਤਮੀਜ਼ੀ ਕੀ ਬਦਤਮੀਜ਼ੀ ਕਿੰਨਾ ਖੂਬਸੂਰਤ ਹੈ ਤੂੰ ਮੇਰੇ ਫੋਟੋ ਗੱਲ ਸੁਣ ਹਾਂ ਫਿਲਮ ਕਰ ਰਹੇ ਫਿਲਮ ਫਿਲਮ ਤਾਂ ਭਾਈ ਜਾਨ ਮੈਂ ਬਣਾ ਐ ਚੱਲ ਓਏ ਤੂੰ ਕਹਿਣਾ ਸਾਰੇ ਮਾਰ ਦਿਆਂਗਾ ਓਏ ਸਾਰੇ ਮਾਰ ਦਿਆਂਗਾ ਤੂੰ ਸਾਰਿਆਂ ਨੂੰ ਭੈਣ ਦਿੱਤੀ ਯਾਰ ਬੱਚਿਆਂ ਦੇ ਨਾਲ ਬਦਤਮੀਜ਼ੀ ਕਰ ਨਾ ਕਰ ਯਾਰ ਛੋਟਾ ਜਿਹਾ ਬੱਚਾ ਓਏ ਕੈ ਨੱਥ ਪਾ ਕੇ ਰੱਖ ਦਿਆਂਗਾ ਓਏ ਨੱਥ ਪਾ ਕੇ ਰੱਖ ਦਿਆਂਗਾ ਬਾਕੀ ਦੇ ਜ਼ੇਵਰ ਤੇਰੀ ਫੁੱਫੀ ਨੇ ਪਾਣੇ ਨੇ ਯਾਰ ਇੱਕ ਬੱਚੇ ਨੂੰ ਤੂੰ ਉਹਦੇ ਨਾਲ ਫਿਲਮ ਪਤਾ ਨਹੀਂ ਕੀ ਕਰ ਰਿਹਾ ਤੂੰ ਯਾਰ ਇੱਕ ਮਾਸੂਮ ਜਿਹਾ ਬੱਚਾ ਨੂੰ ਖੱਲੇ ਮਾਰ ਰਿਹਾ ਤੂੰ ਬਜ਼ੁਰਗੋ ਤੁਸੀਂ ਕਹਿਣਾ ਮੈਂ ਪੁੱਤਰ ਹਾਂ ਪੰਜ ਦਰਿਆਵਾਂ ਦਾ ਕਹਿ ਇੱਥਾਂ ਹੀ ਖਲੋ ਕੇ ਆਖਣਾ ਹਾਂਜੀ ਇੱਥੇ 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 ਇਹ ਸਰਾਇਕੀ ਕੋ ਨਹੀਂ ਅੱਛਾ ਪੰਜਾਬੀ ਚ ਖਲੋ ਕੇ ਆਖਣਾ ਮੈਂ ਪੁੱਤਰ ਹਾਂ ਪੰਜ ਦਰਿਆਵਾਂ ਦਾ ਓਏ ਬੋਲ ਸੁਣ ਓਏ ਹਾਂ ਓਏ ਮੈਂ ਪੁੱਤਰ ਹਾਂ ਪੰਜ ਦਰਿਆਵਾਂ ਦਾ ਮੈਨੂੰ ਪਹਿਲੇ ਪਤਾ ਹੀ ਤੂੰ ਇਕੱਲੇ ਬੰਦੇ ਦਾ ਕੰਮ ਹੀ ਨਹੀਂ ਹੋਤੀ ਦਾ ਪੁੱਤਰ ਦਾ ਦੁੱਖ ਦੇ ਧੂਮ ਆਇਆ ਦੁੱਖ ਦੇ ਧੂਮ ਆਇਆ ਹੋਤੀ ਉੱਤੇ ਖੋਤਾ ਚੜਿਆ ਏ ਵਿੱਚੋਂ ਨਿਕਲਿਆ ਤੂੰ ਓਏ ਗੁੱਲੀ ਹਵਾ ਮਾਇਆ ਓਏ ਛੜਿਆ ਸਜਣਾ ਦੀ ਹੁੰਦੀ ਖੋਤੀ ਦਵਾ ਮਾਇਆ ਇੱਕ ਸਰੈਕੀ ਦਾ ਸ਼ੇਰ ਹੈ ਜੀ ਹੈ ਕਿ ਰੋਜ਼ੀ ਹੱਟੀਆਂ ਤੇ ਰੋਜ਼ੀ ਹੱਟੀਆਂ ਤੇ ਰੋਜ਼ੀ ਹੱਟੀਆਂ ਤੇ ਰੋਜ਼ੀ ਹੱਟੀਆਂ ਤੇ ਨੇਂਦਰ ਫਟਿਆਂ ਤੇ ਨੇਂਦਰ ਫਟਿਆਂ ਤੇ ਦੋ ਦੇ ਤੁਹਾਡੇ ਘਰ ਨਾ ਜਾਵਾਂ ਖਾਰਿਸ਼ ਥਿੰਦੀ ਏ ਦੋ ਨਾ ਦੇਆਂ ਕਿੱਤੇ ਵਖੀਆਂ ਤੇ ਤਾਂ ਗੱਲ ਸੁਣ ਮੇਰੀ ਫਿਲਮ ਬਣਾ ਰਹੇ ਆ ਭਾਈ ਜਾਨ ਇੱਕ ਮਿੰਟ ਭਾਈ ਹਲੋ ਖਲੋ ਨੂੰ ਇੱਕ ਮਿੰਟ ਇਹ ਮੈਂ ਤੇ ਘਰ ਗਿਆ ਹਾਂ ਤੇ ਮੈਂ ਬਾਹਰੋਂ ਸੁਣਿਆ ਸੀ ਇਹਦੀਆਂ 6 ਭੈਣਾਂ ਨੇ ਮੈਂ ਕਿਹਾ ਯਾਰ 6 ਹੋਣੀਆਂ ਨੇ ਕੋਈ ਤੇ ਇਹਦੇ ਨਾਲ ਦੀ ਨਹੀਂ ਹੋਵੇਗੀ ਹਾਂ ਕੋਈ ਤੇ ਵਿੱਚ ਵੱਲ ਹੋਏਗੀ
ਕਿਸੇ ਦਾ ਜਨਮ ਅੱਗੇ ਆ, ਕਿਸੇ ਦਾ ਬਾਜ਼ੂ ਕੋਈ ਨੀ, ਕਿਸੇ ਦੀ ਅੱਖ ਕੋਈ ਨੀ, ਕਿਸੇ ਦੀ ਕੰਮ ਵਾਲੀ ਸ਼ੈ ਕੋਈ ਨੀ। ਇੱਕ 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 ਬੈਠੀ ਸੀ ਇਹਦੇ ਕੋਲ ਨਾ ਥੱਲੇ, ਵਾਹਵਾ ਸੀਗੀ। ਮੈਂ ਵੇਖਿਆ, ਮੈਂ ਕਿਹਾ ਅਸਲਾਮ ਵਾਲੀਕੁਮ, ਮੈਨੂੰ ਉੱਠ ਕੇ ਕਹਿੰਦੀ ਵਾਲਕੁਮ ਸਲਾਮ। ਉਸੇ ਕਿਆ ਬਾਤ ਹੈ, ਮੇਰੀ ਮਾਂ ਔਰ ਉਸੇ ਦੀ ਭੈਣ ਨੂੰ ਕੁੱਤਾ ਨੀ ਪਾਉਂਦਾ। ਉਸੇ ਦੀ ਭੈਣ ਨੂੰ ਜਨਾਬ ਕੁੱਤਾ ਨੀ ਪੈਂਦਾ। ਉਹ ਕਿਉਂ? ਉਹ ਟੁਰਦੀ ਹੈ ਸਤਾਬ ਨਾਲ, ਕੁੱਤਾ ਸਮਝਦਾ ਵੱਟਾ ਚੱਕੂ। ਉਸੇ ਦੀ ਭੈਣ ਨੂੰ ਕੋਈ ਬੰਦਾ ਦਹੀਂ ਲਵਣ ਨੀ ਭਿਜਾਂਦਾ। ਉਹ ਕਿਉਂ? ਆਉਂਦੇ ਆਉਂਦੇ ਲੱਸੀ ਕਾਰ ਛੱਡ ਦਈਏ। ਉਹਦੀ 15,000 ਤਨਖਾਹ ਹੈ। ਕੀ ਕਰਦੀ ਹੈ ਹੋਟਲ ਤੇ? ਕੀ ਜਿਹੜੇ ਮਹਿਮਾਨ ਚਾਹ ਪੀਵੇ, ਮੱਖੀ ਨਹੀਂ ਬਾਣ ਦਿੰਦੀ ਖੋਤੀ ਦਾ ਪੁੱਤ। ਇੱਕ ਦਿਨ ਮੈਂ ਤਾਂ ਘਰ ਗਿਆ ਭਾਈ ਜਾਨ, ਅੱਜ ਤੁਹਾਨੂੰ ਓਰੀਜਨਲ ਵਾਕਿਆ ਸੁਣਾਵਾਂ। ਮੈਂ ਮੁਲਤਾਨੋਂ ਪਾਸੇ ਚੜ੍ਹਾ ਤੇ ਲਾਹੌਰ ਜਾ ਰਿਹਾ ਸੀ। ਇਹਨਾਂ ਕਾਰੇ ਚ ਚਵਤ ਨਹੀਂ, ਉੱਤੇ ਨਾ ਗੱਡੀ ਖਰਾਬ ਹੋ ਗਈ। ਮੈਂ ਚੀੜਨ ਫੋਨ ਕੀਤਾ, ਮੈਂ ਕਿਹਾ ਚੀੜਾ ਸਾਹਿਬ ਕਿੱਥੇ ਹੋ? ਕਹਿੰਦਾ ਮੈਂ ਘਰ ਹੀ ਹਾਂ, ਤੂੰ ਮੇਰੇ ਘਰ ਆ ਜਾ। ਅੱਛਾ, ਰਕਸ਼ੇ ਵਾਲੇ ਨਾਲ ਗੱਲ ਕੀਤੀ, ਮੈਂ ਘਰ ਗਿਆ, ਗਰਮੀਆਂ ਸੀ ਘਰ ਦੀਆਂ। ਮੈਂ ਉਹਨੂੰ ਕਿਹਾ, ਮੈਂ ਕਿਹਾ ਚੀੜਾ ਸਾਹਿਬ ਮੈਂ ਨਹਾਉਣਾ। ਕਹਿੰਦਾ ਸਾਡਾ ਵਾਸ਼ਰੂਮ ਕੋਈ ਨੀ, ਇਹਨ ਕਰ ਧੋਤੀ ਬੰਨ ਲੈ ਤੇ ਨਲਕੇ ਥੱਲੇ ਬਹਿ ਜਾ। ਅੱਛਾ, ਮੈਂ ਭਾਈ ਜਾਨ ਇਹਨੂੰ ਧੋਤੀ ਬੰਨੀ ਹੈ, ਪਾਰਟੀ ਹੋਈ, ਪਾਰਟੀ ਧੋਤੀ ਹੈਗੀ ਸੀ। ਹਾਂ, ਇਹ ਨਲਕਾ ਖੇਡ ਰਿਹਾ ਸੀ, ਇਹ ਨਲਕਾ ਖੇਡ ਰਿਹਾ, ਅੱਗੋਂ ਪਤਾ ਨੀ ਕਈ ਬਲਾ ਬਾਹਰ ਆ ਸੀ। ਇਹਦੀ ਰਨ ਆਈ ਤੇ ਮੈਂ ਦੇਖ ਕੇ ਕਹਿੰਦੀ ਲੈ ਬਾਈ, ਇਸ ਮੇਰੀ ਗੱਲ ਕੀਤੀ ਨਾ ਮੇਰੇ ਘਰ ਦੀ, ਬਿਲਕੁਲ ਮੇਰੇ ਘਰ ਗਿਆ। ਇਹਦੀ ਭੈਣ ਇੱਕ ਮੁਲਤਾਨ ਹਰਮ ਗੇਟ, ਉਹਦਾ ਐਕਸੀਡੈਂਟ ਹੋਇਆ, ਤਲੀਆਂ ਲੱਤਾਂ ਹੁੰਦੀਆਂ ਕਿ ਨਹੀਂ, ਉਹ ਉੱਥੇ ਮੰਗਦੀ ਪਈ ਹੁੰਦੀ ਹੈ। ਕਿਵੇਂ ਮੰਗਦੀ ਪਈ ਹੁੰਦੀ ਹੈ? ਇਹ ਉੱਥੇ ਭਲਾ ਕਿਵੇਂ ਮੰਗਦੀ ਹੈ? ਇੱਥੇ ਰੱਖਦੀ ਹੈ ਕੌਲ, ਇਵੇਂ ਬੈਠੀ ਹੁੰਦੀ ਹੋਏ। ਖੋਤੀ ਦੇ ਪੁੱਤਰ ਜਾਂ ਲਾਲਾ ਨਾ ਸਦਾ ਜਾਂ ਪਵਾ ਨਹੀਂ, ਹਰ ਬੰਦੇ ਨੂੰ ਲਾਲਾ ਪਾ ਕੇ ਜਵਿਆ ਹੈ। ਉਸੇ ਮੇਰੀ ਭੈਣ ਚੋਂ ਇੱਕ ਬੱਚਾ ਹੋਇਆ ਭਾਈ ਜਾਨ। ਓਏ ਹੋਏ, ਕਿਹੜਾ? ਇਹ ਖਲੋਤ ਐਸਾ ਅੰਨੀ, ਉੱਠ ਜਾ ਉੱਠ ਜਾ ਓਏ, ਐਸਾ ਅੰਨੀ ਤੇ ਲਾਹੌਰ ਚਲਾ ਗਿਆ ਜਨਾਬ। ਉੱਥੇ ਬੰਦਾ ਦਹੀਂ ਬੱਲੇ ਖਾ ਰਿਹਾ, ਉਹਨੂੰ ਕੋਲ ਖਲੋ ਕੇ ਹੱਸੀ ਜਾਵੇ। ਉਸ ਕੇ ਭਾਈ ਜਾਨ ਤੈਨੂੰ ਖੈਰ ਹੈ? ਕਹਿੰਦਾ ਭਾਈ ਜਾਨ ਨਮਕੀਨ ਹੋਣੇ, ਉਸ ਕੇ ਸਾਲੇ ਹੋਰ ਦਾ ਹੀ ਬਲੇ ਮਿੱਠੇ ਹੁੰਦੇ ਆ। ਉੱਥੋਂ ਜਨਾਬ ਉੱਠਿਆ, VIP ਹੋਟਲ ਤੇ ਉੱਥੇ ਕੜਾਈ ਬਣ ਰਹੀ, ਬੰਦਾ ਕੜਾਈ ਬਣਾਈ ਜਾਂਦਾ, ਕੋਲ ਖਲੋ ਕੇ ਹੱਸੀ ਜਾਂਦਾ, ਕੜਾਈ ਬਣਾਈ ਹੱਸੀ ਜਾਂਦਾ। ਉਹਨੂੰ ਕਹਿੰਦਾ ਭਾਈ ਜਾਨ 20-25 ਮਿੰਟ ਤੇ ਲੱਗ ਹੀ ਜਾਣੇ, ਉਹਦੇ ਕੇ ਸਾਲਿਆ ਤੇਰੀ ਬਣਨ ਡਈ ਹੈ। ਉੱਥੋਂ ਬੇਇੱਜ਼ਤ ਹੋਇਆ ਭਾਈ ਜਾਨ, ਇੰਡੀਆ ਚਲਾ ਗੱਲ ਤਾਂ ਸੁਣ ਲੈ ਮੇਰੀ ਸਾਲਿਆ। ਅੱਛਾ, ਫਿਰ ਜਨਾਬ ਨਾ ਉੱਥੋਂ ਬੇਇੱਜ਼ਤ, ਹੋਟਲ ਤੋਂ ਵੀ ਬੇਇੱਜ਼ਤੀ ਹੋਈ, ਬੜੀਆਂ ਜਗ੍ਹਾ ਤੋਂ ਬੇਇੱਜ਼ਤੀ, ਬਾਥਰੂਮ ਚ ਨਿਕਲਿਆ ਅੱਛਾ ਤੇ ਮੂੰਹ ਤੀਲੀ ਮਾਰੀ ਜਾਵੇ ਬਾਥਰੂਮ ਦੇ ਵਿੱਚੋਂ ਨਿਕਲ ਕੇ। ਮੈਂ ਪੁੱਛਿਆ, ਮੈਂ ਯਾਰ ਇਹ ਕੀ? ਕਹਿੰਦਾ ਯਾਰ ਸ਼ਰੀਕ ਇਹ ਨਾ ਸਮਝਦੀ, ਬਾਥਰੂਮ ਵਿੱਚ ਭੁੱਖਾ ਨਿਕਲਿਆ। ਹੈਲੋ, ਜਿਹਨੂੰ ਤਾਂ ਸਿੰਦਾ ਪਿਆ, ਉਹ ਕੱਲ ਮੇਰੇ ਨਾਲ ਮੁਲਤਾਨ ਅੱਡੇ ਚ ਆਇਆ। ਮੈਂ ਗਿਆ ਤੇਰੇ ਨਾਲ। ਹਾਂ, ਅੱਛਾ ਵੇ ਕਸਮ, ਇਹ ਕਿ ਬਾਥਰੂਮ ਹੈ ਜਾਵਣ ਲੱਗ, ਉੱਤੇ ਲਿਖਿਆ ਖੜਾ ਛੋਟਾ 5 ਰੁਪਏ, ਵੱਡਾ 10 ਰੁਪਏ। ਉਹਨੂੰ ਆਉਂਦਾ ਹੈ ਸਹੀ ਵਿੱਚ ਛਾਪਰ ਤੇ ਦੇ ਸੋ ਜਾਂ ਪਲੇਟ ਪਾ ਕੇ ਦਿੰਦੇ ਹੋ? ਖੋਤੀ ਦਾ ਪੁੱਤਰ ਤੋਂ ਨਾਸ਼ਤਾ ਕਰਨਾ ਹੈ। ਆਈ ਦਾ ਵਾਕਿਆ, ਅਸੀਂ ਆਰੇ ਫਾਲੇ ਆਏ ਹਾਂ, ਲੈਟਰਿੰਗ ਦੇ ਬਾਹਰੋਂ ਲਿਖਿਆ ਪਿਆ ਛੋਟਾ 3 ਰੁਪਏ, ਵੱਡਾ 5 ਰੁਪਏ। ਉਹਨੂੰ ਜਾ ਕੇ ਕਹਿੰਦੇ ਲਾਲਾ ਜੀ ਵਿੱਚ ਬਰਫ਼ ਹੀ ਪਾ ਦਿੰਦੇ ਹੋ, ਜੁਗਾ ਤਾਂ ਮਾਰ ਜੁਗਾ, ਬਰਫ਼ ਪਵਾ ਕੇ ਤੁਹਾਡੇ ਵਾਸਤੇ ਲਿਆ। ਭਾਈ ਜਾਨ ਇੰਡੀਆ ਚਲਾ ਗਿਆ, ਉਹਨੂੰ ਹਿੰਦੂਆਂ ਨੇ ਫਾੜ ਲਿਆ। ਅੱਛਾ, ਹਿੰਦੂਆਂ ਨੇ ਕਹਿ ਤਰ ਓਏ ਕੌਣ ਹੈ ਤੂੰ? ਅੱਗੂ ਕਹਿੰਦਾ ਜੀ ਮੈਂ ਵੀ ਹਿੰਦੂ ਹਾਂ। ਉਹਦਾ ਆ ਕੇ ਸਾਡੇ 5 ਭਗਵਾਨਾਂ ਦੇ ਨਾਂ ਦੱਸ। ਅੱਗੂ ਆਦਾ ਯੱਸੂ, ਪੰਜੂ, ਹਾਰ, ਕਬੂਤਰ, ਡੋਲੀ। ਲਾਨਤ ਤੇਰੀ। ਉਹ ਜਿਹੜੇ ਮੈਨੂੰ ਯਾਦ ਆ ਉਹ ਦੱਸਣੇ ਹੋਰ ਦੇ ਵੜਕਿਆਂ ਦੀ ਕਬਰਾਂ ਵੀ ਖਾਵਾਂ। ਚੀੜਾ ਸਾਹਿਬ ਇੱਕ ਮਿੰਟ ਆਪਣਾ ਮੂੰਹ ਤਾਂ ਦਿਓ। ਉਹ ਕਿਉਂ? ਅਸਤੰਜਾ ਕਰਨਾ। ਮੇਰਾ ਮੂੰਹ ਹੈ ਲੋਟਾ ਹੈ। ਇੱਕ ਮਿੰਟ ਆਪਣਾ ਨਾਕ ਤਾਂ ਦਿਓ। ਕਿਉਂ? ਛੋਟੇ ਬੱਚੇ ਨੂੰ ਕੀ ਸਿੱਖ ਰਿਹਾ? ਇੱਕ ਮਿੰਟ ਆਪਣੀ ਤਸਵੀਰ ਤੇ ਦਿਵਾ। ਕਿੱਥਾਂ? ਨਮਕ ਵਾਲੀ ਥੈਲੀ ਤੇ ਲਿਖਾਂ। ਉਹ ਕਿਉਂ? ਉੱਤੇ ਲਿਖਾਵਣਾ ਨਮਕ ਆਰਾਮ। ਖੋਤੀ ਦੇ ਪੋਤਰਾ ਮੇਰੀ ਫੋਟੋ ਲੈ ਜਾ, ਨਿਮਕ ਵਾਲੀ ਪੂੜੀ ਤੇ ਨਾ ਲਾ, ਉਸ ਪੂੜੀ ਤੇ ਲਾ ਜਿਹੜੀ ਤੇਰੀ ਮਾਂ ਇਸਤੇਮਾਲ ਕਰਦੀ ਹੈ। ਭਾਈ ਜਾਨ ਛੱਡੋ, ਫਿਲਮ ਬਣਾ ਰਹੇ ਹਾਂ, 50 ਲੱਖ ਰੁਪਈਆ ਫਿਲਮ ਦਾ ਖਰਚਾ ਹੈ ਜੀ। ਕਿੰਨੇ? 50 ਲੱਖ ਰੁਪਈਆ। 50 ਲੱਖ? ਬੜਾ ਖਰਚਾ ਹੋ ਰਿਹਾ। ਪੁੱਤਰ ਉਹਨੂੰ ਸਮਝਾ, 50 ਲੱਖ ਲਾ ਰਹੇ ਉਹਨੂੰ ਸਮਝਾ। ਭਾਈ ਜਾਨ ਕਿੰਨਾ ਲਾ ਰਹੇ? 45 ਲੱਖ ਰੁਪਈਆ ਦੇਵਾਂਗਾ ਤੁਹਾਨੂੰ। ਇੱਕ ਨਾ ਮੇਰੀ ਗੱਲ, ਮੈਂ ਗੋਡਿਆਂ ਦੇ ਵਿੱਚ ਆਈ ਖਲੋਤੀ ਹੈ, ਉਹ ਦੱਸਾਂ। ਸੁਣਾ ਸੁਣਾ ਪਹਿਲੇ। ਇਹਦੀ ਸ਼ਾਦੀ ਹੋ ਗਈ ਤੇ ਰਾਤੀ 11 ਦਾ ਟਾਈਮ ਹੋਇਆ ਨਾ, ਇਹਨੂੰ ਛੋਟਾ ਸ਼ੀਸ਼ੀ ਤੰਗ ਕੀਤਾ ਤੇ ਇਹ ਬਾਹਰ ਨਿਕਲਣ ਲੱਗਿਆ ਤੇ ਵੇਖਿਆ ਤੇ ਬਾਹਰੋਂ ਕੁੰਡੀ ਲਾ ਗਿਆ। ਠੀਕ ਹੈ, ਇਹ ਉੱਥੇ ਦਰਵਾਜ਼ੇ ਦੇ ਕੋਲ ਖਲੋ ਕੇ ਬੇਗਮ ਵੱਲ ਵੀ ਜਾ ਰਿਹਾ, ਸ਼ਰਮਿੰਦਾ ਹੋ ਰਿਹਾ ਵੀ ਮੈਂ ਕਿਵੇਂ ਦੱਸਾਂ।
ਉਹਦੀ ਬੇਗਮ ਉੱਠ ਕੇ ਜਾਨੂ ਕੀ ਹੋਇਆ ਕਹਿੰਦਾ ਯਾਰ ਸ਼ੀਸ਼ੀ ਟੰਗ ਕਹਿੰਦੀ ਜਾ ਕਰ ਲਾ ਕਹਿੰਦਾ ਨਹੀਂ ਕੋਈ ਬਾਹਰੋਂ ਕੁੰਡੀ ਲਾ ਗਿਆ ਕਹਿੰਦੀ ਹੁਣ ਕਹਿੰਦਾ ਹੁਣ ਕੀ ਕਰਾਂ ਇਹਨੂੰ ਯਕਦਮ ਉੱਤੋਂ ਨਾ ਨਜ਼ਰ ਪਈ ਉਹ ਰੋਸ਼ਨਦਾਨ ਰੋਸ਼ਨਦਾਨ ਤੇ ਨਾ ਇਹਦੀ ਨਜ਼ਰ ਪਈ ਬੇਗਮ ਨੂੰ ਕਹਿੰਦਾ ਜਾਨੂ ਤੂੰ ਥੱਲੇ ਖੜੀ ਹੋ ਜਾ ਮੈਂ ਤੇਰੇ ਮੋਢਿਆਂ 'ਤੇ ਪੈਰ ਰੱਖ ਕੇ ਬਾਹਰ ਸ਼ੀਸ਼ੀ ਕਰ ਲੈਂਦਾ ਉਹਨੇ ਕਿਹਾ ਠੀਕ ਇਹਨੇ ਉਹਦੇ ਮੋਢਿਆਂ 'ਤੇ ਪੈਰ ਰੱਖੇ ਅਤੇ ਬਾਹਰ ਸ਼ੀਸ਼ੀ ਕਰ ਲਈ ਅਤੇ ਇਹਦੀ ਬੇਗਮ ਕਹਿੰਦੀ ਜਾਨੂ ਹੁਣ ਮੈਨੂੰ ਵੀ ਸ਼ੀਸ਼ੀ ਆਈ ਬੋਲ ਲੈ ਨਾ ਉਹ ਇਹਨੇ ਕਿਹਾ ਚੱਲ ਠੀਕ ਹੈ ਇਹਦੇ ਮੋਢਿਆਂ 'ਤੇ ਖਲੋ ਕੇ ਨਾ ਉਹਨੇ ਜਦੋਂ ਸ਼ੀਸ਼ੀ ਸ਼ੁਰੂ ਕੀਤੀ ਬਾਹਰ ਨਹੀਂ ਗਈ ਸਿੱਧੀ ਸ਼ਹਿਰ ਦੇ ਵਿੱਚ ਛਿੜਾਲ 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 ਅਤੇ ਥੱਲੋਂ ਪਤਾ ਨਹੀਂ ਤਾਂ ਕੀ ਕਹਿੰਦਾ ਬੇਗਮ ਉਠਾ ਕੇ ਕਰੋ ਉਠਾ ਕੇ ਇਹਦੇ 'ਚ ਕਿਹੜੀ ਸ਼ਰਮ ਵਾਲੀ ਗੱਲ ਹੈ ਸਾਡੀ ਘਰ ਦੀ ਮੱਡੀ ਹੈ ਘਰ 'ਚ ਰੱਖਣੀ ਆਈ ਬਾਹਰ ਤਾਂ ਨਹੀਂ ਬਣ